हेलो गाइस, नमस्ते, सत श्री अकाल, अस्सलाम वालेकुम। यू वाचिंग एजी प्रोडक्शन पीके जी। मैं हाजी बुखारी, मैं हूं अमरा रफी। टुडे वी आर गोइंग टू रिएक्ट ऑन अ सिद्धू पाजी दा सॉन्ग। द नेम इज दीज डेज। एक्साइटेड हां? नहीं सुनया ते सिद्धू दा सॉन्ग होवे, कुछ नया देखन नु ना मिले ते किवें पॉसिबल हो सकदा है? ते यार सिद्धू, नो वर्ड, सिद्धू लेजेंड है यार। ओ एक उन्हां ने ना कुछ कह ही नहीं सकते उस वीर के बारे से भाई, वो नैक्सट लैवल पहुँच चुके हैं। तो बाकी उबड़ा चल के पुछते हैं तो अपना इन्हों का अहलो अहवाल, फिर चल के आप स्टार्ट करते हैं वीडियो। हाँ जी उमरा जी, तुम दसो। अहलो अहवाल बहुत ही फिट है, बहुत जबरदस्त है, शुक्र अल्लाह। बाकी रही सिद्धू मूसेवाले की, तो नाम तारीफ का मोहताज है ही नहीं। गाना असी बगैर सोचे बगैर समझे भी कह सकते हैं के गाना बहुत जबरदस्त होगा। बाकी वीडियो देखते हैं की सब देखने को मिलता। ओके गाइस, फिर चल के आप पहला वीडियो देखते हैं, फिर थोड़े ना गल्ला साझिया करते हैं। ओके स्टार्ट करते हैं। सिद्धू मूसेवाला नाम पहचान का मोहताज नहीं, कोई शक नहीं जी। नाम पंजाबी म्यूजिक इंडस्ट्री आज की डेट से देखा जावे नंबर 1 पे है, तेरे तो कोई गलती नहीं है। नंबर 1 चाहिए आओ पीछे पीछे तुरदिया फेम आज कल ਆਉਂਦਾ ਏ ਸਟਾਰਾ ਵਿੱਚ ਨੇਮ ਅੱਜ ਕੱਲ ਤੇਰੇ ਕਰਕੇ ਗਾਣੇ ਸਾਡੇ ਨਹੀਂ ਚੱਲਦੇ ਲੰਡੂ ਲਾਉਂਦੇ ਮੇਰੇ ਤੇ ਬੱਲੇ ਅੱਜ ਕੱਲ ਆਓ ਪਿੱਛੇ ਪਿੱਛੇ ਤੁਰਦੀ ਆ ਫੇਮ ਅੱਜ ਕੱਲ ਆਉਂਦਾ ਏ ਸਟਾਰਾ ਵਿੱਚ ਨੇਮ ਅੱਜ ਕੱਲ ਤੇਰੇ ਕਰਕੇ ਗਾਣੇ ਸਾਡੇ ਨਹੀਂ ਚੱਲਦੇ ਲੰਡੂ ਲਾਉਂਦੇ ਮੇਰੇ ਤੇ ਬੱਲੇ ਅੱਜ ਕੱਲ ਆਓ ਬਦਲਿਆ ਸਿੱਧੂ ਦਾ ਸਟਾਈਲ ਅੱਜ ਕੱਲ 24 ਘੰਟੇ ਵੱਜਦਾ ਮੋਬਾਈਲ ਅੱਜ ਕੱਲ ਚੜਾਈ ਲਈਓ ਮੇਰਾ ਰੱਬ ਲਾਈ ਅੱਜਕੱਲ ਆ ਨੋਟ ਮੇਰੀ ਕੱਲੀ ਕੱਲੀ ਮੂਵ ਅੱਜਕੱਲ ਰੌਂਗ ਮੈਨੂੰ ਕਰਦੇ ਪ੍ਰੂਵ ਅੱਜਕੱਲ ਨਾ ਮੇਰਾ ਲੈ ਕੇ ਵਿਊ ਕਾਉਂਟ ਹਾਈ ਕਰਦੀ ਆ ਹਮ ਮੇਰੇ ਸਿਰੋਂ ਚੱਲੇ ਯੂਟਿਊਬ ਅੱਜਕੱਲ 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 ਸੁਣਿਆ ਬਿਗ ਬਾਸ ਬਣਨ ਮੁੰਡੇ ਓਕੇ ਬੋਹੀਮੀਆਂ ਵੇਨ ਰਿਕ ਰਾਸ ਬਣਨ ਮੁੰਡੇ ਅੱਜਕੱਲ ਥੱਪੜੇ ਵੱਲੋਂ ਠੀਕ ਕਰਨ ਜਦੋਂ ਬੀਟ ਫੜਨ ਮੇਰਾ ਬਚਪਨਾ ਰਿਪੀਟ ਕਰਨ ਜਿਵੇਂ ਚੀਟ ਕਰਨ ਮੁੰਡੇ ਸਟਾਈਲ ਮੇਰਾ ਸਟੀਲ ਕਰਨ ਜਦੋਂ ਡੀਲ ਕਰਾਂ ਕਿਵੇਂ ਤਰਸ ਕਰਾਂ ਮੈਂ ਪਹਿਲਾਂ ਨੋਟ ਗਿਣਾਂ ਫਿਰ ਬਰਸ ਕਰਾਂ ਤੂੰ ਸ਼ੋਰ ਕਰੇ ਤੇਰੇ ਕੱਖ ਨੀਚੇ ਤੇ ਵੇ ਮੇਰੇ ਰੈਪ ਦੇਸੀ ਹਿਪ ਹਾਪ ਦੇ ਅਲਿਫ ਬੇਬੇ ਤੇ ਨਾਲੇ ਅਸਰ ਮੇਰਾ ਜਿਵੇਂ ਅਸਰ ਦੁਲਾ ਸਾਰੇ ਮੇਰੇ ਨਾਲ ਜੁੜੇ ਮੈਂ ਜੁਦਾ ਜੁਦਾ ਜਿਵੇਂ ਰੈਪ ਗੋਡ ਕਰਾਂ ਖੁਦਾ ਖੁਦਾ ਸਾਰੇ ਰੱਬ ਨੂੰ ਮਨਨ ਨੇ ਮੇਰੀ ਦੁਆ ਸਾਰੇ ਰੱਬ ਨੂੰ ਮਨਨ ਨੇ ਮੇਰੀ ਦੁਆ ਨਾਲੇ ਮੇਰੀ ਦੁਆ ਸਾਰੇ ਦੁਆ ਕਰਨ ਸਮਝਦਾਰ ਜਿਹੜੇ ਸਾਡੇ ਨਾਲ ਆ ਕੇ ਨਾ ਸੇਮ ਬੀਫ ਕਰਨ ਸੁਲਾ ਕਰਨ ਮੈਂ ਮਸੀ ਖੋਲਦਾ ਆਈ ਜੀ ਪਿੰਡਾ ਚ ਮੈਂ ਬਾਈ ਜੀ ਫੈਨ ਬੇਸਡ ਫਰਸ਼ ਫਾਇਰ ਕੀ ਗੁੰਡਾ ਕੀ ਆਈ ਜੀ ਬੋਹੀਮੀਆ ਸਿੱਧੂ ਮੂਸੇਵਾਲਾ When we at the club, we don't need ID. Aao kapru da chalda hai peak aaj kal ਆਂਟੀਆਂ ਦਾ ਬਿਜ਼ਨੇ ਆ ਵੀ ਕੀ ਅੱਜ ਕੱਲ ਚੜਾਈ ਮੇਰੀ ਓਵੇਂ ਮਨ ਟੇਨ ਮਿੱਠੀਏ ਗੀਤ ਫੋਨ ਫੋਟੋ ਤੈਨੂੰ ਲੀਕ ਅੱਜ ਕੱਲ ਅੱਜ ਕੱਲ ਅੱਜ ਕੱਲ ਆਏ ਇਸ ਵੇਲੇ ਤੋਂ ਵੱਡੀ ਖਬਰ ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਯਾਨੀ ਸਿੱਧੂ ਮੂਸੇਵਾਲਾ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਟੇਡਾ ਚੱਲੇ ਜ਼ਿੰਦਗੀ ਦਾ ਫੇਜ਼ ਅੱਜ ਕੱਲ ਮੇਰੀ ਲੱਗੇ ਆਪਣੇ ਨਾਲ ਰੇਸ ਅੱਜ ਕੱਲ ਸਾਰੇ ਪਾਸੇ ਨਾਮ ਸਾਡਾ ਸੱਚ ਸੋਣੀਏ ਝੂਠੇ ਮੇ ਤੇ ਪਾਉਂਦੇ ਭਾਵੇਂ ਕੇਸ ਅੱਜ ਕੱਲ ਹੋ ਪਿੱਠਾਂ ਉੱਤੇ ਬੋਲਦੇ ਆ ਬਹੁਤੇ ਅੱਜ ਕੱਲ ਸ਼ੇਰ ਕਈ ਬਣਦੇ ਆ ਖੋਤੇ ਅੱਜ ਕੱਲ ਆਨਲਾਈਨ ਸਾਰੇ ਸਾਰੇ ਵੈਰੀ ਬਣਦੇ ਆਓ ਮਿਲਣੇ ਤੇ ਦੇਰ ਸਮਝੌਤੇ ਅੱਜ ਕੱਲ ਅਨੋਖੀ ਮੁੰਡਾ ਛੱਡੀ ਜਾਵੇ ਛਾਪ ਅੱਜ ਕੱਲ ਪੁੰਨਾ ਨਾਲੋਂ ਦੂਣੇ ਕਰੇ ਪਾਪ ਅੱਜ ਕੱਲ ਕੱਲ ਜੀ ਨੂੰ ਸਾਰੇ ਸੀ ਜਵਾਕ ਦੱਸਦੇ ਸਾਰਿਆਂ ਦਾ ਬਣਿਆ ਉਹ ਬਾਪ ਅੱਜ ਕੱਲ ਆਓ ਕਰਾਂ ਵੱਡੇ ਗੀਤ ਤੇ ਪੁਆੜੇ ਅੱਜ ਕੱਲ ਇੰਡਸਟਰੀ ਏ ਖਾਂਦੀ ਵਿੱਚੋਂ ਸਾੜੇ ਅੱਜ ਕੱਲ ਯਾਰ ਤੇਰਾ ਦਿਲ ਦਾ ਨੀ ਮਾੜਾ ਅੱਜ ਵੀ ਕੰਮ ਕਰੇ ਸਾਰੇ ਉਹ ਵੀ ਮਾੜੇ ਅੱਜ ਕੱਲ ਅੱਜ ਕੱਲ ਵੀ ਹੋਮ ਗਰੋਨ ਇੰਟਰਨੈਸ਼ਨਲੀ ਨੋਨ ਸਿੰਸ ਵੀ ਬੀਨ ਇਨ ਦ ਗੇਮ ਵੀ ਬੀਨ ਸਿਟਿੰਗ ਔਨ ਦੈਟ ਥਰੋਨ ਥੀਸ ਡੇਸ। ਹਾਂਜੀ ਗਾਇਜ਼, ਕਿੱਦਾਂ ਫਿਰ ਗਾਣਾ ਤੁਹਾਨੂੰ ਪਸੰਦ ਆਇਆ ਹੋਣਾ ਯਾਰ? ਅੱਜ ਕੱਲ੍ਹ ਦੀਸ ਡੇਸ ਹੈ ਅਤੇ ਬਾਕੀ ਸਹੀ ਗੱਲ ਆ। ਸ਼ੁਰੂ 'ਚ ਜਿੱਦਾਂ ਉਹਨੇ ਗੱਲ ਦੱਸੀ ਸੀ ਕਿ ਲੋਕ ਨਾਮ ਯੂਜ਼ ਕਰਦੇ ਆ ਆਪਣੀ ਫੈਮਿਲੀ ਸਿੱਧੂ ਮੂਸੇਵਾਲੇ ਦਾ, ਯੂਟਿਊਬ ਚੱਲਦੀ ਪਈ ਆ ਪੰਜਾਬ 'ਚ ਓਵਰਆਲ। ਮਤਲਬ ਸਿੱਧੂ ਦਾ ਜਦੋਂ ਸੌਂਗ ਡਰੋਪ ਆਊਟ ਹੁੰਦਾ ਸੀ ਨਾ ਪਾਕਿਸਤਾਨ 'ਚ, ਕਮੋ ਪੇਸ਼ ਕੋ 15 ਦਿਨ ਉਹਦਾ ਗਾਣਾ
ਟ੍ਰੈਂਡਿੰਗ 'ਚ ਰਹਿੰਦਾ ਸੀ ਕਮੋਬੇ ਸ਼ਾਇਦ ਜ਼ਿਆਦਾ ਹੀ, ਅਤੇ ਬਾਕੀ ਕੀ ਨਾਮ ਚੱਲ ਕੇ ਸੀ ਤਾਂ ਉਹਨਾਂ ਨੂੰ ਪੁੱਛਦੇ ਕਿ ਇਹਨਾਂ ਨੂੰ ਕਿਹੋ ਜਿਹੀ ਲੱਗੀ। ਅੱਛਾ ਇਹ ਵਾਲਾ ਗਾਣਾ ਨਾ ਮੈਂ ਟਿਕਟੋਕ 'ਤੇ ਇੱਕ ਟਾਈਮ 'ਤੇ ਨਾ ਬਹੁਤ ਆ ਵਾਲੀਆਂ ਲਾਈਨਾਂ ਫੇਮਸ ਹੋਈਆਂ ਸੀਗੀਆਂ, ਆਉਂਦਾ ਹੈ ਸਿਤਾਰਾ ਵਿੱਚ ਨੇਮ ਅੱਜ ਕੱਲ੍ਹ, ਪਿੱਛੇ ਪਿੱਛੇ ਤੁਰਦੀ ਹੈ ਫੇਮ ਅੱਜ ਕੱਲ੍ਹ, ਆਉਂਦਾ ਹੈ ਸਿਤਾਰਾ ਵਿੱਚ ਨੇਮ ਅੱਜ ਕੱਲ੍ਹ, ਤੇਰੇ ਕਰਕੇ ਗਾਣੇ ਸਾਡੇ ਨਹੀਂ ਚੱਲਦੇ, ਲੁੱਲੂ ਲਾਉਂਦੇ ਮੇਰੇ 'ਤੇ ਬਲੇਮ ਅੱਜ ਕੱਲ੍ਹ। ਖੈਰ ਜੋ ਵੀ ਸੀ, ਲੇਕਿਨ ਇਹ ਵਾਲਾ ਗਾਣਾ ਨਾ ਬਹੁਤ ਬਹੁਤ ਟ੍ਰੈਂਡਿੰਗ 'ਤੇ ਰਿਹਾ ਸੀ, ਮੈਨੂੰ ਯਾਦ ਹੈ ਟਿਕਟੋਕ 'ਤੇ ਬਹੁਤ ਟ੍ਰੈਂਡਿੰਗ 'ਤੇ ਰਿਹਾ ਸੀ, ਅਤੇ ਬਾਕੀ ਪੂਰਾ ਗਾਣਾ ਨਹੀਂ ਮੈਂ ਉਸ ਟਾਈਮ 'ਤੇ ਸੁਣਿਆ ਸੀ, ਲੇਕਿਨ ਇਹ ਵਾਲੀਆਂ 3-4 ਲਾਈਨਾਂ ਨਾ ਬਹੁਤ ਹੀ ਸੁਣੀਆਂ ਹੋਈਆਂ ਸੀ। ਲੇਕਿਨ ਮੈਨੂੰ ਇਸ ਗਾਣੇ ਦੀ ਸਭ ਨਾਲੋਂ ਅੱਛੀ ਗੱਲ ਇਹ ਲੱਗੀ, ਜੋ ਜੋ ਉਹਨਾਂ ਦੀ ਲਾਈਫ 'ਚ ਹੁੰਦਾ ਰਿਹਾ ਨਾ, ਜੋ ਜੋ ਉਹਨਾਂ ਦੀ ਲਾਈਫ 'ਚ ਹੁੰਦਾ ਰਿਹਾ, ਉਹਨਾਂ ਦੇ ਗਾਣਿਆਂ ਤੋਂ ਜ਼ਾਹਿਰ ਹੋ ਰਿਹਾ ਕਿ ਉਹਨਾਂ ਦੀ ਲਾਈਫ 'ਚ ਕੀ ਕੀ ਹੁੰਦਾ ਰਿਹਾ, ਉਹਨਾਂ ਨੇ ਉਹਨਾਂ ਦਾ ਰਿਐਕਸ਼ਨ ਕੀ ਦਿੱਤਾ, ਲੋਕ ਉਹਨਾਂ ਦਾ ਨਾਮ ਲੈ ਕੇ ਕਿੱਦਾਂ ਅੱਗੇ ਆਏ, ਯੂਟਿਊਬ ਕਿੱਦਾਂ ਟ੍ਰੈਂਡਿੰਗ 'ਤੇ ਰਹਿੰਦੇ ਸੀ ਇਹਨਾਂ ਦੇ ਗਾਣੇ ਦੀ ਵਜ੍ਹਾ ਤੋਂ, ਲੋਕ ਇਹਨਾਂ ਦਾ ਨਾਮ ਲੈ ਕੇ ਕਿੱਦਾਂ ਵਿਊਜ਼ ਲੈਂਦੇ ਸੀ, ਕਿੱਦਾਂ ਟ੍ਰੈਂਡਿੰਗ 'ਤੇ ਆਉਣ ਦੀ ਕੋਸ਼ਿਸ਼ ਕਰਦੇ ਸੀਗੇ, ਫਿਰ ਉਹਨਾਂ ਨੂੰ ਬਦਨਾਮ ਵੀ ਕਰਦੇ ਸੀ, ਉਹਨਾਂ 'ਤੇ FIR ਇਹ ਵੋ, ਅਤੇ ਉਹ ਵੀ ਇੱਕ ਤਰੀਕਾ ਹੁੰਦਾ ਸੀ ਟ੍ਰੈਂਡਿੰਗ 'ਤੇ ਆਉਣ ਦਾ। ਅਤੇ ਇਹਨਾਂ ਦੀ ਨਾ ਇਹਨਾਂ ਦੇ ਗਾਣਿਆਂ 'ਚ ਮੈਨੂੰ ਇਹ ਸਭ ਨਾਲੋਂ ਅੱਛੀ ਗੱਲ ਲੱਗਦੀ ਹੈ ਕਿ ਇਹਨਾਂ ਦੇ ਗਾਣੇ ਸੁਣ ਕੇ ਹੀ ਤੁਹਾਨੂੰ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ ਕੀ ਉਹਨਾਂ ਦੀ ਲਾਈਫ 'ਚ ਹੋ ਰਿਹਾ, ਕੀ ਉਹ ਫੇਸ ਕਰ ਰਹੇ ਆ, ਉਹਨਾਂ ਨੂੰ ਮਤਲਬ ਜਗ੍ਹਾ ਜਗ੍ਹਾ ਜਾ ਕੇ ਦੱਸਣਾ ਨਹੀਂ ਪੈਂਦਾ ਕਿ ਮੇਰੇ ਨਾਲ ਇਹ ਹੋ ਰਿਹਾ, ਮੇਰੇ ਨਾਲ ਆ ਰਿਹਾ, ਉਹਨਾਂ ਦੇ ਗਾਣੇ ਬਿਆਨ ਕਰ ਰਹੇ ਹੁੰਦੇ ਸੀ ਕਿ ਉਹਨਾਂ ਦੀ ਜ਼ਿੰਦਗੀ 'ਚ ਇਸ ਟਾਈਮ ਇਹ ਚੱਲ ਰਿਹਾ। ਬਿਲਕੁਲ ਇਸੇ ਤਰ੍ਹਾਂ ਹੀ ਆ, ਅਤੇ ਹੋਪਸੋ ਗਾਇਸ ਕਿ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਹੋਣਾ, ਅਤੇ ਸਿੱਧੂ ਨੂੰ ਨਾ ਭੁੱਲਿਓ ਯਾਰ, ਸਿੱਧੂ ਦੇ ਗਾਣੇ ਜਿੱਦਾਂ ਤੁਸੀਂ ਪਹਿਲੇ ਪਿਆਰ ਕਰਦੇ ਸੀ ਉੱਦਾਂ ਹੀ ਹੁਣ ਵੀ ਆਪਣਾ ਪਿਆਰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਓ, ਅਤੇ ਬਾਕੀ ਸਾਨੂੰ ਤਾਂ ਇਜਾਜ਼ਤ ਮਿਲਦੀ ਹੈ ਅਗਲੀ ਵੀਡੀਓ 'ਚ। ਥੈਂਕ ਯੂ ਸੋ ਮਚ, ਟੇਕ ਕੇਅਰ, ਹਾਫੀਜ਼।